करके गुड्डी बाकी मुंडे जल्दी आ जाओ अपने भाई थाबे हीरो जिथे थाबे सारे जने बैठ जाओ गुरमीत नु कुश्ती कराओगे कल्ली हां सारे देखो इथे अपनी जगह ते बैठ जाओ जी इथे बैठ जाओ गोली गोली एक मिनट जी ऊपर एक मिनट गोली बैठ चलो आ जड़ी कुश्ती होने लगी है नीले रंग दे लंगोटे च प्रेत पार बैठ के देखो मेरे शेर बलवीर दोदर पैर कोई वादू बंदा बैठ जाना आवे गबरू नौजवान ते लाल रंग दे लंगोटे च कैप्टन देवा सिंह दा बेटा ए आ प्रदीप चीका कहिंदे हरियाणा ते पंजाब दी कुश्ती लगी आ होण के कुश्ती पंजाब ते हरियाणा दी लगी होण मित्रो फस गईयां कुंडियां ਧੌਣੀ ਉੱਤੇ ਗੋਡਾ ਚ ਕਿਹੜਾ ਰੱਖਦਾ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿਹੜਾ ਖਿੱਚੂ ਗਿੱਟੇ ਕਿਹੜਾ ਮਾਰੂਗਾ ਧੋਬੀ ਅੱਜ ਖਿੱਚ ਖਿੱਚ ਕੇ ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਆਓ ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਲੈ ਵੀ ਇੱਕ ਵਾਰੀ ਤਾੜੀ ਮਾਰ ਕੇ ਇਜਾਜ਼ਤ ਦੇ ਦਿਓ ਆਓ ਦੁਨੀਆ ਦੇ ਵੱਡੇ ਮੱਲ ਉਹ ਵੱਡੀ ਟੱਕਰ ਮੈਦਪੁਰ ਦਾ ਏਰੀਆ ਉਹ ਕਹਿੰਦੇ ਜ਼ਿਲ੍ਹੇ 23 ਨੇ ਪੰਜਾਬ ਦੇ ਤੇ ਪੰਜਾਬ ਦਾ ਪਾਰਸ ਜ਼ਿਲ੍ਹਾ ਜਲੰਧਰ ਹੈ ਜਿਹਦੇ ਵਿੱਚ ਅੱਜ ਮੈਦਪੁਰ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਸਾਡੇ ਸਾਹਮਣੇ ਬਿਰਾਜਮਾਨ ਸਾਡੇ ਉਸਤਾਦ ਲੈਂਬਰ ਜੀ ਹੈ ਜਿਨ੍ਹਾਂ ਨੇ ਕਹਿੰਦੇ ਗੱਦਿਆਂ ਵਾਲੀ ਕੁਸ਼ਤੀ ਚਾਲੂ ਕਰਨੀ ਹੈ ਐਮਐਲਏ ਸਾਹਿਬ ਨੇ ਪੂਰਾ ਸਹਿਯੋਗ ਦਿੱਤਾ ਹੈ ਆ ਜਿਹੜੀ ਕੁਸ਼ਤੀ ਖਾੜਾ ਪਾਤਸ਼ਾਹ ਦੇ ਵਿੱਚ ਚੱਲ ਰਹੀ ਹੈ ਲੱਖ ਰੁਪਏ ਦੀ ਨਾਮੀ ਝੰਡੀ ਹੈ ਸਵਰਗੀ ਦੌਲਤ ਸਿੰਘ ਜੀ ਸਮਰਾ ਪਰਿਵਾਰ ਵੱਲੋਂ ਇਸ ਕੁਸ਼ਤੀ ਤੇ ਲੱਖ ਰੁਪਇਆ ਜਿਹੜਾ ਦਿੱਤਾ ਜਾਣਾ ਹੈ ਵੱਡਾ ਮਾਣ ਅਗਲੇ ਸਾਲ 2022 ਲਈ ਦੋ ਵੱਡੀਆਂ ਨਾਮੀ ਕੁਸ਼ਤੀਆਂ ਹੋਣਗੀਆਂ ਸਰਦਾਰ ਬਲਕਾਰ ਸਿੰਘ ਜੀ ਖਿੰਡਾ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਚੇਅਰਮੈਨ ਸਰਦਾਰ ਬਲਵੰਤ ਸਿੰਘ ਜੀ ਸਮਰਾ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਵੱਲੋਂ 2022 ਦੇ ਵਿੱਚ ਅਗਲੀਆਂ ਦੋ ਝੰਡੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਆਹ ਦਾਦੇ ਦੀ ਰਹਿਮਤ ਹੈ ਇੱਕ ਪਾਸੇ ਕਿਦਾਂ ਤੁਰੇ ਤੁਸੀਂ ਕਿਦਾਂ ਫਿਰਦੇ ਬਾਈ ਉਹ ਤੁਸੀਂ ਕਿਦਾਂ ਤੁਰੇ ਫਿਰਦੇ ਆ ਗੁਆਚੇ ਆ ਤੁਹਾਨੂੰ ਕੋਈ ਟਿਕਾਣਾ ਨਹੀਂ ਮਿਲਦਾ ਬੈਣ ਨੂੰ ਮੈਂ ਤੁਹਾਨੂੰ ਪੁੱਛਦਾ ਬਾਈ ਲੜਕੀਆਂ ਨੂੰ ਬੇਨਤੀ ਤੁਸੀਂ ਬਹਿ ਜਾਓ ਹੁਣ ਝੰਡੀ ਦੀ ਕੁਸ਼ਤੀ ਸ਼ੁਰੂ ਹੈ ਆ ਜਿਹੜੀਆਂ ਬੱਚੀਆਂ ਹੁਣ ਭੱਜ ਰਹੀਆਂ ਹੈਗੇ ਉਥੇ ਤੇ ਬੈਠੇ ਰਹੋ ਇਹਨਾਂ ਨੂੰ ਬਿਠਾਓ ਜੀ ਦਾਦਿਆਂ ਦਾ ਛਿੰਝ ਮੇਲਾ ਲੱਖਾਂ ਦਾਦਿਆਂ ਦਾ ਦੰਗਲ ਆ ਜਦੋਂ ਝੰਡੀ ਦੀ ਕੁਸ਼ਤੀ ਸ਼ੁਰੂ ਹੋ ਜਾਂਦੀ ਹੈ ਹੋਰ ਕੋਈ ਖਾੜਾ ਪਾਤਸ਼ਾਹ ਦੇ ਵਿੱਚ ਕੋਈ ਆਈਟਮ ਨਹੀਂ ਹੋਣ ਹੋਣੀ ਇਹ ਬੱਚੀਆਂ ਨੂੰ ਬੇਨਤੀ ਬਹਿ ਜਾਓ ਮੈਂ ਬੇਨਤੀ ਕਰਾਂ ਪ੍ਰਧਾਨ ਨੂੰ ਪ੍ਰਬੰਧਕ ਕਮੇਟੀ ਨੂੰ ਸਾਡੇ ਕਲੱਬ ਦੇ ਮੈਂਬਰਾਂ ਨੂੰ ਬੱਚੀਆਂ ਨੂੰ ਰੋਕੋ ਜੀ ਚੰਗਾ ਨਹੀਂ ਲੱਗਦਾ ਕਿਉਂਕਿ ਵੱਡੀ ਕੁਸ਼ਤੀ ਖਾੜੇ ਦੇ ਵਿੱਚ ਲੱਖ ਰੁਪਏ ਦੀ ਹੈ ਇੱਕ ਪਾਸੇ ਪ੍ਰਿਤਪਾਲ ਫਗਵਾੜਾ ਕਿ ਪ੍ਰਿਤਪਾਲ ਫਗਵਾੜਾ ਚਾੜ ਦਿੰਦਾ ਇਹ ਪਾਰਾ ਵੱਡੇ ਵੱਡੇ ਪਹਿਲਵਾਨਾਂ ਨੂੰ ਪਾਲ ਜੂਕੇ ਵਾਲਾ ਗੱਲਾਂ ਲਿਖਦਾ ਏ ਸੱਚੀਆਂ ਇਹੀ ਮੱਲ ਰੋਕੂ ਹੁਣ ਚੜ੍ਹਦੇ ਤੂਫਾਨਾਂ ਨੂੰ ਹੁਣ ਤਾਂ ਚੜ੍ਹਦੇ ਤੂਫਾਨਾਂ ਨੂੰ ਰੋਕਣ ਵਾਲਾ ਇਹ ਆ ਪ੍ਰਿਤਪਾਲ ਫਗਵਾੜਾ ਸਿਕੰਦਰ ਸ਼ੇਖ ਨਾਲ ਕੁਸ਼ਤੀਆਂ ਹੋਈਆਂ ਬੁਲਟ ਮੋਟਰਸਾਈਕਲ ਅਲਟੋ ਗੱਡੀਆਂ ਕਹਿੰਦੇ ਜੌਨ ਡੀਅਰ ਟਰੈਕਟਰ ਜਿੱਤਣ ਵਾਲਾ ਇਹ ਆ ਪ੍ਰਿਤਪਾਲ ਫਗਵਾੜਾ ਬਿਲਕੁਲ ਫਗਵਾੜੇ ਦੇ ਲਾਗੇ ਜਗਤਪੁਰ ਜੱਟਾਂ ਪਿੰਡ ਹੈ ਪਿਤਾ ਜੀ ਪੰਜਾਬ ਪੁਲਿਸ ਦੇ ਵਿੱਚ ਥਾਣੇਦਾਰ ਹੈ ਮਾਤਾ ਚਰਨਜੀਤ ਕੌਰ ਦੇ ਦਿਲ ਦਾ ਟੁਕੜਾ ਬ੍ਰਦਰ ਕਹਿੰਦੇ ਕੈਨੇਡਾ ਦੀ ਧਰਤੀ ਤੇ ਸੈਟਲ ਹੈ ਇਹ ਦਾਦੇ ਦੀ ਰਹਿਮਤ ਹੈ 22 ਕੁ ਸਾਲ ਦੀ ਉਮਰ ਹੈ 2018 ਦੇ ਵਿੱਚ ਪਹਿਲੀ ਵਾਰ ਕਹਿੰਦੇ ਪ੍ਰਿਤਪਾਲ ਫਗਵਾੜਾ ਸਮਰਾਲੇ ਦੇ ਛਿੰਝ ਮੇਲੇ 'ਚ ਜਦੋਂ ਹੱਥ ਜੋੜੀ ਲਈ ਪੁੱਜਿਆ ਤੇ ਲੋਕੀ ਕਹਿੰਦੇ ਕੰਗ ਸਾਹਿਬ ਇਹ ਤਾਂ ਐਂ ਲੱਗਦਾ ਜਿੱਦਾਂ ਲਾਲਿਆਂ ਦਾ ਮੁੰਡਾ ਕੁਸ਼ਤੀ ਲੜਦਾ ਆਹ ਦੇਖੋ ਗਬਰੂ ਪ੍ਰਿਤਪਾਲ ਫਗਵਾੜਾ ਆਓ ਪ੍ਰਿਤਪਾਲ ਫਗਵਾੜਾ ਜਿਹੜਾ ਅਟੈਕ ਕਰਦਾ ਹੋਇਆ ਐ ਨਾ ਕਹਿੰਦੇ ਵੱਡਾ ਰੁਸਤਮ ਹੈ ਪਰ ਦੂਜੇ ਪਾਸੇ ਵੱਡਾ ਤਜਰਬਾ ਹਰਿਆਣੇ ਵਾਲੇ ਦਾ ਉਹ ਕਹਿੰਦੇ ਡੂਮ ਛੇੜੀ ਨੇ ਬੱਲੇ ਬੱਲੇ ਕਰਵਾਈ ਹੋਈ ਹੈ ਤੇ ਪ੍ਰਦੀਪ ਔਰ ਦੂਜੇ ਪਾਸੇ ਪ੍ਰਿਤਪਾਲ ਉਹ ਗੱਲਾਂ ਲੱਗਣਗੀਆਂ ਟਿਕਾਣੇ ਕਿ ਪੰਜਾਬ ਦੇ ਵਿੱਚ 13,000 ਪਿੰਡ ਹੈ ਤੇ ਜਿਨ੍ਹਾਂ ਵਿੱਚੋਂ 1,13,831 ਡੇਰੇ ਨੇ 50,324 ਗੁਰਦੁਆਰੇ ਨੇ 1,113 ਸਰਕਾਰੀ ਸਕੂਲ ਨੇ 143 ਸਰਕਾਰੀ ਹਸਪਤਾਲ ਨੇ ਪਰਮਾਤਮਾ ਮਿਹਰ ਕਰੇ ਆਓ ਕਹਿੰਦੇ ਕਰੋਨਾ ਦੀ ਬਿਮਾਰੀ ਚੱਲੀ ਪਰ ਅੱਜ ਮਿਹਰ ਹੈ ਮੁੜ ਪੰਜਾਬ ਦੇ ਵਿੱਚ ਦੁਬਾਰਾ ਦੰਗਲ ਜਿਹੜੇ ਉਹ ਸ਼ੁਰੂ ਹੋ ਗਏ ਨੇ ਸਮੁੱਚੀ ਗ੍ਰਾਮ ਪੰਚਾਇਤ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ ਲੱਗਦਾ ਹੈ ਯੋਰ ਤੇ ਬੋਲਾਂ ਦੇ ਸਾਜ ਮਨਜੀਤ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਿਰੇ ਦੀ ਕੁਸ਼ਤੀ ਪ੍ਰਦੀਪ ਚੀਕਾ ਹਰਿਆਣਾ ਤੇ ਦੂਜੇ ਪਾਸੇ ਜ਼ਿਲ੍ਹਾ ਕਪੂਰਥਲਾ ਤਹਿਸੀਲ ਫਗਵਾੜੇ ਨੂੰ ਬਿਲੋਂਗ ਕਰਦਾ ਹੋਇਆ ਇਹ ਆ 22 ਕੁ ਸਾਲ ਦੀ ਉਮਰ ਦਾ ਪ੍ਰਿਤਪਾਲ ਫਗਵਾੜਾ ਕਿ 20ਵਾਂ ਬੀਤਿਆ 21ਵਾਂ ਸਾਲ ਹੋ ਗਿਆ ਕੱਦ ਕਾਠ ਵੇਖੋ ਗਬਰੂ ਦਾ ਕਮਾਲ ਹੋ ਗਿਆ ਅੱਥਰੀ ਜਵਾਨੀ ਕਹਿੰਦੇ ਚੜੀ ਜੱਟ ਤੇ
ਕਰਦਾ ਏ ਕੁਸ਼ਤੀ ਥਾਪੀ ਮਾਰ ਪੱਟ ਦੇ ਅੱਜ ਐਨ ਪੜਦੇ ਥਾਪੀ ਮਾਰ ਕੇ ਜਿੱਥੇ ਪ੍ਰਦੀਪ ਇਸ ਸਮੇਂ ਮੱਲ ਸੁਪਰ ਡੁਪਰ ਹੈ ਨਾਲ ਹੀ ਦੇਖਦੇ ਆ ਕਿ ਪ੍ਰਿਤਪਾਲ ਫਗਵਾੜਾ ਉਧਰ ਆਦਰਾ ਮਾਨ ਦੰਗਲ ਕਮੇਟੀ ਦਾ ਧੰਨਵਾਦ ਪ੍ਰਿਤਪਾਲ ਫਗਵਾੜਾ ਪ੍ਰਦੀਪ ਜਿਰਕਪੁਰ ਸਤਿੰਦਰ ਮੁਖਰੀਆ ਕਹਿੰਦੇ ਗਨੀ ਹੁਸ਼ਿਆਰਪੁਰ ਵਰਗੇ ਨਾਮੀ ਪਹਿਲਵਾਨ 5 ਅਕਤੂਬਰ ਨੂੰ ਆਦਰਾ ਮਾਨ ਦੇ ਵਿੱਚ ਪੁੱਜ ਰਹੇ ਹੈ ਉਧਰ ਅਸੀਂ ਉੱਪਲ ਖਾਲਸਾ ਦੰਗਲ ਕਮੇਟੀ ਦਾ ਕੋਟ ਬਾਦਲ ਖਾਨ ਦੰਗਲ ਕਮੇਟੀ ਦਾ ਅੰਗਾ ਕੀੜੀ ਦੰਗਲ ਕਮੇਟੀ ਦਾ ਸਰਦਾਰ ਕੁਲਦੀਪ ਸਿੰਘ ਜੀ ਮਾਨ ਪ੍ਰਧਾਨ ਦੰਗਲ ਕਮੇਟੀ ਮੋਹੇੜੂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਸਮੇਂ ਸਿਰ ਸਾਡੇ ਛਿੰਝ ਮੇਲੇ 'ਚ ਪੁੱਜੇ ਹੈ ਆਹ ਦੇਖੋ ਕੁਸ਼ਤੀ ਕਿ ਜਿਹੜਾ ਤੀਰ ਨਿਸ਼ਾਨੇ ਤੋਂ ਖੁੰਝ ਜਾਵੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜਾਏ ਵਾਰ ਅੱਜ ਕੌਣ ਵਾਰ ਕਰਦਾ ਹੈ ਕੌਣ ਫੈਸਲਾ ਕਰਦਾ ਹੈ ਸਵਰਗੀ ਦੌਲਤ ਸਿੰਘ ਜੀ ਸਭ ਸਮਰਾ ਪਰਿਵਾਰ ਵੱਲੋਂ ਲੱਖ ਰੁਪਈਏ ਦੀ ਕੁਸ਼ਤੀ ਹੈ ਆਇਆ ਪ੍ਰਿਤਪਾਲ ਫਗਵਾੜਾ ਚੜ੍ਹਦੀ ਪ੍ਰੇਸ ਹੈ ਇਸ ਸਮੇਂ ਇੱਕ ਜ਼ੋਰ ਦੇ ਨਾਲ ਕੌਣ ਕੁਸ਼ਤੀ ਦਾ ਫੈਸਲਾ ਕਰੇਗਾ।